पेंड की कहना चाहोगे इन ठंड के बावजूद इतने बैठे जे की मंगा ने दाड़िया की कहना चाहोगे? तोहफा देना चाहिए सी भी ये साढ़े कोरोना योधे आ कुड़िया इन्होंने इन्ना काम किया वा इन्हों असी रेगुलाइजेशन का तोहफा दईए जबकि इन्होंने तोहफा नहीं दिता सानू सानू आ सड़क से रोलिया कत्थू नंगल टोल प्लाजा से बैठिया वा इनिया भैन उन्हें एक दिन आन के कि सोनी साहब जेड़े इस डिस्ट्रिक्ट दे आ उन्होंने नहीं आन के इतने देख साडा पता लिया तो उन्हें कितों लैना चन्नी ने सरकार कह रही है कि पिछले जनी जे 36,000 मुलाजम जो पक्के करने से अभी मैं सुन रहा है कि जो 87,000 जो मुलाजम हो जो भैनों पक्या करना वा कोई भी मसला नहीं करते ਸਾਡਾ ਇੰਨਾ ਦਿਲ ਦੁਖੀ ਤੋਂ ਹੋਇਆ ਕਿ ਸਾਰੀ ਮਤਲਬ ਸਟੇਟ ਕਮੇਟੀ ਸਾਰੀ ਫੈਸਲਾ ਲੈ ਰਹੀ ਹੈ ਕਿ ਚੱਕਾ ਜਾਮ ਕਰਨ ਅਸੀਂ ਸੜਕਾਂ 'ਤੇ ਲੰਮੀਆਂ ਪੈਣਾ ਸਾਨੂੰ ਮਾਰ ਦੇਣ ਸਾਨੂੰ ਗੋਲੀਆਂ ਮਾਰ ਦੇਣ ਬਸ ਅਸੀਂ ਘਰ ਨਹੀਂ ਜਾਣਾ ਆਰਡਰ ਲੈ ਤੋਂ ਬਗੈਰ ਪੰਜਾਬੀ ਲੋਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅਤੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕੱਥੂ ਨੰਗਲ ਟੋਲ ਪਲਾਜੇ ਦੀਆਂ ਜਿੱਥੇ ਕਿ ਸਾਡੀਆਂ ਪੈਣਾ ਮਲਟੀ ਹੈਲਥ ਪਰਪਸ ਜਿਹੜੀਆਂ ਵੱਡੀ ਤਦਾਦ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਤਸਵੀਰਾਂ ਵਿਖਾਵਾਂਗੇ ਪਹਿਲਾਂ ਇੰਨੀ ਠੰਡ ਦੇ ਹੁੰਦੇ ਬਾਵਜੂਦ ਵੀ अपने ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਇੱਥੇ ਜਿਹੜੇ ਧਰਨੇ ਤੇ ਬੈਠੇ ਨੇ ਅਤੇ 13 ਦਿਨ ਹੋ ਗਏ ਨੇ ਧਰਨੇ ਤੇ ਬੈਠਿਆਂ ਨੂੰ ਪਰ ਹਜੇ ਤੱਕ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਬਾਤ ਨਹੀਂ ਪੁੱਛੀ ਗਈ ਤੁਸੀਂ ਦੇਖ ਰਹੇ ਹੋ ਕਿਸਾਂ ਵੱਡੀ ਤਦਾਦ ਵਿੱਚ ਜਿਹੜੀਆਂ ਇਹ ਭੈਣਾਂ ਬੈਠੀਆਂ ਇਹਨਾਂ ਦੀ ਇਹੋ ਮੰਗ ਆ ਵੀ ਸਰਕਾਰ ਜਿਹੜੀ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਪੱਕਾ ਕੀਤਾ ਜਾਵੇ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣਾਂ ਦੇ ਨਾਲ ਵੀ ਕੀ ਹਾਲਾਤ ਕੀ ਨੇ ਪੰਜ ਕੀ ਕਹਿਣਾ ਚਾਹੋਗੇ ਇੰਨੀ ਠੰਡ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਜੇ ਕੀ ਮੰਗਾਂ ਨੇ ਤੁਹਾਡੀਆਂ ਦੀਆਂ ਕੀ ਕਹਿਣਾ ਚਾਹੋਗੇ? ਸਾਡੀਆਂ ਮੰਗਾਂ ਤੇ ਭਾਜੀ ਇਹੀ ਆ ਕਿ ਅਸੀਂ ਰੈਗੂਲਰ ਸਾਨੂੰ ਅਸੀਂ ਕਹਿੰਦੇ ਆ ਗਵਰਨਮੈਂਟ ਨੂੰ ਕਿ ਸਾਨੂੰ ਰੈਗੂਲਰ ਕੀਤਾ ਜਾਵੇ। 15 ਸਾਲ ਤੋਂ ਅਸੀਂ ਕੰਟਰੈਕਟ ਬੇਸ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਪਰ ਹੈ ਵੀ ਸਾਡੀਆਂ ਪੋਸਟਾਂ ਖਾਲੀ ਪਈਆਂ ਵਾ। ਇੱਕ ਇੱਕ ਕੁੜੀ 10-10 ਸੈਂਟਰਾਂ ਦਾ ਕੰਮ ਕਰ ਰਹੀ, 4-4 ਸੈਂਟਰਾਂ ਦਾ ਕੰਮ ਕਰ ਰਹੀ ਆ। ਮਤਲਬ ਉਹਨਾਂ ਕੋਲ 10-10 ਹਜ਼ਾਰ ਦੀ ਆਬਾਦੀ ਤੋਂ ਵੀ ਜ਼ਿਆਦਾ ਆਬਾਦੀ ਆ ਉਹਨਾਂ ਕੋਲ, ਕੁੜੀਆਂ ਕੋਲ, ਇੱਕ ਇੱਕ ਕੁੜੀ ਕੋਲ, ਤੇ ਪੋਸਟਾਂ ਕਾਫੀ ਖਾਲੀ ਪਈਆਂ ਵਾ। ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਨੂੰ ਖਾਲੀ ਪੋਸਟਾਂ ਤੇ ਜਿਹੜਾ ਐਡਜਸਟ ਕੀਤਾ ਜਾਵੇ। ਇਹੀ ਗਵਰਨਮੈਂਟ ਕਰ ਵੀ ਸਕਦੀ ਆ ਕਿਉਂਕਿ 70% ਜਿਹੜਾ ਸਾਨੂੰ ਗਵਰਨਮੈਂਟ ਆ ਜਿਹੜੀ ਦੇ ਰਹੀ ਆ ਸੈਂਟਰ ਗਵਰਨਮੈਂਟ ਦਾ ਆ ਰਿਹਾ ਵਾ ਫੰਡ, ਤੇ 40% 60% ਉਹ ਦੇ ਰਿਹਾ, 40% ਇਹਨਾਂ ਨੇ ਦੇਣਾ ਹੁੰਦਾ ਆ, ਤੇ ਇਹ ਇਹਨਾਂ ਤੇ ਕੋਈ ਵਿੱਤੀ ਬੋਝ ਵੀ ਨਹੀਂ ਪੈਣਾ। ਇਸ ਕਰਕੇ ਅਸੀਂ ਤੇ ਇਹੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਤੁਹਾਡੇ ਤੇ ਕੋਈ ਇੰਨਾ ਜ਼ਿਆਦਾ ਬੋਝ ਨਹੀਂ ਪੈਣਾ, ਸਾਡੀਆਂ ਜਿੰਨੀਆਂ ਪੋਸਟਾਂ ਖਾਲੀ ਆ ਉਨੀਆਂ ਕੁੜੀਆਂ ਨੂੰ ਸਾਡੀਆਂ ਨੂੰ ਐਡਜਸਟ ਕਰ ਦਿਓ, ਮਤਲਬ ਖਾਲੀ ਪਈਆਂ ਪੋਸਟਾਂ ਦੇ ਸਾਨੂੰ। ਭੈਣ ਜੀ ਕੀ ਕਹਿਣਾ ਚਾਹੋਗੇ ਕਰੋਨੇ ਯੋਧੇ ਕਿਹਾ ਜਾਂਦਾ ਤੁਹਾਨੂੰ? ਤੁਸੀਂ ਕਰੋਨਾ ਮਹਾਮਾਰੀ ਦੌਰਾਨ ਵੀ ਬੜਾ ਵੱਡਾ ਜਿਹੜਾ ਯੋਗਦਾਨ ਪਾਇਆ ਵਾ ਆਪਣੇ ਪਰਿਵਾਰ ਦਾ, ਜਿਹੜਾ ਤਿਆਰ ਰੱਖਣ ਦੇ ਨਾਲ ਨਾਲ ਤੁਸੀਂ ਦੂਸਰੇ ਪਰਿਵਾਰਾਂ ਦੀ ਤਿਆਰ ਰੱਖਿਆ ਗਿਆ, ਪਰ ਅੱਜ ਜਿਹੜਾ ਖੁਦ ਕਰੋਨਾ ਯੋਧਾ ਵਾ ਜਿਹੜੇ ਅੱਜ ਅਸੀਂ ਦੇਖ ਰਹੇ ਇੰਨੀ ਠੰਡ ਵਿੱਚ ਜਿਹੜਾ ਵਾ ਧੱਕੇ ਖਾਣ ਮਜਬੂਰ ਆ ਆਪਣੇ ਪਰਿਵਾਰ ਜਿਹੜੇ ਨਾਲ ਲੈ ਕੇ ਆਏ ਜੀ, ਜੇਕਰ ਤੁਹਾਡੇ ਪਰਿਵਾਰ ਕੋਈ ਜੀ ਜਿਹੜੇ ਬਿਮਾਰ ਹੋ ਗਿਆ ਕੀ ਕਹਿਣਾ ਚਾਹੋਗੇ? ਬਿਮਾਰ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਆ, ਸਰਕਾਰ ਜ਼ਿੰਮੇਵਾਰ ਆ ਉਹਦੀ ਜੀ, ਕਿਉਂਕਿ ਹੁਣ ਅਸੀਂ ਬੱਚਿਆਂ ਨੂੰ ਕਿੱਥੇ ਸੁੱਟੀਏ? ਜਿਨ੍ਹਾਂ ਦੇ ਬੱਚੇ ਛੋਟੇ ਆ ਬਿਲਕੁਲ, ਉਹ ਕਿੱਥੇ ਛੱਡ ਕੇ ਆਉਣ ਮਾਵਾਂ? ਠੀਕ ਹੈ ਨਾ, ਕਿਉਂਕਿ ਅਸੀਂ ਤਾਂ ਇਹ ਮੰਗ ਸਰਕਾਰ ਕੋਲ ਜਾਂ ਤੇ ਨਾ ਅਸੀਂ ਕੋਈ ਨਜਾਇਜ਼ ਮੰਗ ਮੰਗਦੇ ਆ ਤਾਂ ਸਾਨੂੰ ਕਹਿਣ ਸਰਕਾਰ ਕਵੇ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਵਾਈ, ਔਰ 500-500 ਟੀਕਾ ਇੱਕ ਕੁੜੀ ਨੇ ਇੱਕ ਦਿਨ 'ਚ ਲਗਾਇਆ, ਔਰ ਅਸੀਂ ਰਾਤ ਨੂੰ 6 ਵਜੇ ਘਰ ਸ਼ਾਮ ਨੂੰ ਪਹੁੰਚਦੀਆਂ ਸੀਗੀਆਂ। ਸਵੇਰੇ 9 ਵਜੇ ਅਸੀਂ ਟੀਕੇ ਸ਼ੁਰੂ ਕਰ ਦੇਣੇ, ਘਰ ਤੋਂ 8 ਵਜੇ ਅਸੀਂ ਚੱਲ ਪੈਣਾ, 5 ਵਜੇ ਤੱਕ ਟੀਕੇ ਲਗਾਉਣੇ, ਮੁੜ ਕੇ ਅਸੀਂ 6 ਵਜੇ ਘਰ ਪਹੁੰਚਣਾ। ਕੀ ਗੱਲ, ਸਾਡੇ ਘਰ ਪਰਿਵਾਰ ਨਹੀਂ ਹੈਗੇ? ਇੱਥੋਂ ਤੱਕ ਕਿ ਸਾਡੀਆਂ ਕੁੜੀਆਂ ਖੁਦ ਪੋਜ਼ਿਟਿਵ ਆਈਆਂ, ਸਾਡੇ ਘਰ ਦੇ ਪੋਜ਼ਿਟਿਵ ਆਏ, ਬੱਚੇ ਪੋਜ਼ਿਟਿਵ ਸਾਡੇ ਹੋ ਗਏ। ਕਿਉਂ? ਕਿਉਂਕਿ ਸਾਨੂੰ ਅਸੀਂ ਕਿਹੜੇ ਕਿਹੜੇ ਕੰਟੈਕਟ 'ਚ ਆਈਆਂ ਸਾਨੂੰ ਕੀ ਪਤਾ, ਲੋਕੀ ਤਾਂ ਅੰਦਰਾਂ ਤੋਂ ਬਾਹਰ ਨਹੀਂ ਨਿਕਲਦੇ ਹੈਗੇ। ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਪਰਿਵਾਰਾਂ ਨੂੰ ਸਾਂਭਿਆ ਜਿਨ੍ਹਾਂ ਨੂੰ ਪਰਿਵਾਰ ਆਪਣਿਆਂ ਜਿਹੜਾ ਵਾ ਉਹਨਾਂ ਰੱਖਣ ਤੋਂ ਜਿਹੜਾ ਨਾਂਹ ਕਰ ਦਿੱਤੀ ਗਈ ਸੀ, ਉਸ ਟਾਈਮ 'ਤੇ ਤੁਹਾਡੇ ਹਾਲਾਤ ਕੀ ਸੀ? ਉਸ ਟਾਈਮ 'ਤੇ ਸਾਡੇ ਹਾਲਾਤ ਇਹ ਸੀਗੇ, ਅਸੀਂ ਕਿਹਾ ਵੀ ਸਾਨੂੰ ਬੁੱਤੀ ਸੀ ਵੀ ਚਲੋ ਅਸੀਂ ਆ, ਪਰਮਾਤਮਾ ਨੇ ਸਾਨੂੰ ਨਾ ਇੱਕ ਨੌਕਰੀ ਦਿੱਤੀ ਆ, ਨੌਕਰੀ ਦੇ ਜ਼ਰੀਏ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ। ਠੀਕ ਆ ਨਾ, ਅਸੀਂ ਸੇਵਾ ਨਿਭਾ ਰਹੇ ਸੀਗੇ ਉਸ ਟਾਈਮ, ਮੋਢਿਆਂ ਦੇ ਚੱਕ ਕੇ ਅਸੀਂ ਸੰਸਕਾਰ ਕਰਦੇ ਸੀ, ਚਲੋ ਕੋਈ ਗੱਲ ਨਹੀਂ, ਇਹ ਸਾਡੀ ਕਿਸਮਤ 'ਚ ਪਰਮਾਤਮਾ ਨੇ ਲਿਖਿਆ ਹੋਣਾ ਵਾ ਵੀ ਇਹਦਾ ਸੰਸਕਾਰ ਅਸੀਂ ਕਰਨਾ ਵਾ। ਟਾਈਮ ਲਿਮਿਟ ਕੋਈ ਨਹੀਂ ਸੀਗੀ, ਰਾਤ ਨੂੰ ਫੋਨ ਆ ਜਾਣਾ
11 बजे आ गया फोन जी थोड़े उत्ते इदा वा पॉजिटिव आ गया जाओ जाके देखो पॉजिटिव निकले आ डैथा भी हुई वा कुड़िया साडिया ने कोई परिवार नहीं देखिया कुछ नहीं देखिया उन्होंने कहा भी नहीं असं सेवा करांगे जबकि सरकार नूं ये चाहिए सी भी करोना तो बाद सानू कहिंदे आ भी सानू तोहफा देना चाहिए सी भी ये साढ़े करोना योधे आ कुड़िया इन्होंने इन्ना काम किया वा इन्हां नूं असीं रेगुलाइजेशन का तोहफा देईए जबकि इन्होंने तोहफा नहीं दिता सानू सानू आ सड़कां ते रोलिया कोई कहिंदा नन्नी छां बेटी पढ़ाओ बेटी बचाओ ते असीं साडा नारा ये बेटी पढ़ाओ बेटी बचाओ बेटी पढ़ाओ तो मुड़के सड़कों पर रुलाओ सड़कों पर रोलो आड़िया सारिया बेटिया बैठिया किसी दिया बेटिया किसी दिया भैन किसी दिया जनानिया चनी सरकार से आए दिन ऐलान गीत करते हैं आए दिन लोगों को तोहफे दे रहे हैं और वह कह रहे हैं भी आम लोगों की सरकार आ हर किसी का दुख सुख सुने जाऊगा चनी सरकार रात के 2:30 बजे तक लोगों को मिलते हैं जाके फिर तुहाड़ी मंग क्यों नहीं सरकार को दिखाई दे रही तुम क्यों नहीं मिले उन्होंने तक देखो असी को कहें मिलो सानू पर चनी सरकार नहीं देख रहा भी कोई किसी की धी भैन आ कत्थू नंगल टोल प्लाजा से बैठिया वा इन भैन उन्हें एक दिन आन के कि सोनी साहब जेड़े इस डिस्ट्रिक्ट दे आ उन्होंने नहीं आन के इतने देख साडा पता लिया तो उन्हें कितों लैना चन्नी ने यह सब इन्हों दिया ना विचों विच सब टाइम टपाते पे आ की कहना चाहोगे चनी सरकार तो कह रही है भी पिछले दिन जो 36,000 मुलाजम जो पक्के करने से अज ही मैं सुन रहा जो 87,000 जो मुलाजम हो जो भैनों पक्या करना वा उन्होंने तोहफा देना वा कहते भी मैं भैन दिन रखड़ी वाले दिन चेते आ गया वा तो की गल तुहाड़ी भैन दे उन्होंने चेते आ रहा एक गल कहना चाहवागी तोहफा कदों देना सरकार खत्म होने नोटिफिकेशन जो कोड ऑफ कंडक्ट लग रहा है तोहफा कदों देना है जबकि इन्होंने करोना च सानू कहा कि तुहानू पक्के कीता जाएगा नहीं कीता ठीक है इन्होंने साडे नाल वादा कीता और इन्होंने ड्यूटियां साडे कोई गजटड छुट्टी नहीं कोई संडे नहीं असी संडे नूं भी काम कीता साडे बच्चे सानू पछाणनों हट गए भी सवेर तो चल जाना 5 बजे तक ड्यूटी तो वापस आना तो तोहफा कदों देना है सारे ऐलान अज ऐलान करने से ऐलान करने से की कर दिता आशा वर्करा का की ऐलान करके उन्होंने गिद्धा पा लिया की किया ऐलान जे तुम ग्रास रूट लैवल से जाके आशा वर्करा पुछो ना भी तू दिता नथिंग कुछ नहीं दे रहे चन्नी साहब कहते भी मैं बहुत गरीबी दिन कटे ने मैं बहुत गरीब परिवार चो आया मैं टेंट भी लाए ने मैं इतों तक तो दिहाड़ी तक भी कीतिया ने चन्नी साहब कहते हैं भी मैं गरीबों का दर्द जरा वा समझदा वा नहीं गरीबों का दर्द अही कोई भीख थोड़ी मंगन ने अही अपना हक मंगन ने वेखो जो अं पक्के होने का कहने ये कह देंगे सेंटर का महकमा जे ठीक है जे असी सेंटर का महकमा असी पंजाब नूं रिपोर्टिंग क्यों कर रहे हैं असी आ जड़ा करोना च काम किया है दिल्ली सरकार नूं थोड़ी क्रैडिट मिलिया पंजाब सरकार नूं क्रैडिट मिलिया इहदे विच इन्हां ने जिन्हें इनाम लए ने जिन्हें ट्रॉफियां लईयां है पंजाब सरकार ने लईयां ना कि दिल्ली तो किसी ने आण के लईयां करोना योधे कह के फुल्लां दे हार पाते सानू तो वह भी नहीं खैर किसी ने पाए किसी ने सर्टिफिकेट तक नहीं दिता पर असी फिर भी अपनी नेक नीति नाल काम किया कि शायद इन्हां सरकारां नूं पता लगे कि असी इन्ना काम किया है पर इन्हां दे कन्न ते जू नहीं सरकी हुण भी कह देंदे आ अज कर देने कल कर देने सीधी गल आ भी ये टाइम टपाउन डे पर अं टाइम टपाउन नहीं देना साडे वालों कोड ऑफ कंडक्ट लग जाए असी तभी इतने बैठा गियाँ की कहना चाहोगे 2022 की शुरुआत होने वाली है नवा साल चढ़ने वाला वा तो नवा साल की शुरुआत इस तरह होगी तो किस तरह जी जे पूरा साल जी बीतूगी लोग जितने खुशियां खेड़े मना रहे हैं पार्टी कर रहे हैं तो नवा साल किस तरह बीतूगा साडा नवा साल तो इतने सड़क पर बीत रहा अं तो कहने कि सानू अज नोटिफिकेशन जारी कर दे अज पक्या कर दे असी भी खुशियां मनाईए बच्चों के दो दो महीने तो टीके नहीं लगे है अही उन्होंने जाके जवाब दे होइए असी उन्होंने जाके सेवा करिए असी इदा बहना थोड़ी चाहते हैं असी क्यों वेले बवेंगे असी टाइम तो ड्यूटी पर आईए टाइम तो जाइए बट ये आ कि मतलब सरकार पता नहीं की सोचती पई आ सानू भी नहीं ये समझ आ रहा क्योंकि कुड़िया ने बच्चे भी आ बजुर्ग भी आ सारिया के घर च मैं खुद विडो वा मेरे सिर्फ दो बच्चे आ और मैं खुद जिम्मेवार आ सारे घर की पर फिर भी मैं आ रही हाँ रोज़ बट इतने आना औखा अं कहने सानू ड्यूटियां तो भेजो
ਸਾਨੂੰ ਜਦੋਂ ਸੈਂਟਰ ਗਵਰਨਮੈਂਟ ਇੰਨਾ ਦੇ ਰਹੀ ਆ ਤੇ ਤੁਸੀਂ ਸਾਨੂੰ 40-40% ਜਾਂ 20-20% ਨਹੀਂ ਦੇ ਸਕਦੇ ਤੇ ਵੋਟਾਂ ਵੀ ਤੁਸੀਂ ਸਾਡੇ ਕੋਲ ਲੈਣੀਆਂ ਸਾਡੇ ਕੋਲ ਤੁਸੀਂ ਸੇਵਾਵਾਂ ਵੀ ਲੈਣੀਆਂ ਸਭ ਕੁਝ ਜਦੋਂ ਤੁਸੀਂ ਲੈ ਰਹੇ ਹੋ ਤੇ ਸੈਂਟਰ ਗਵਰਨਮੈਂਟ ਨੂੰ ਕਿਉਂ ਤੁਸੀਂ ਕਹਿ ਦਿੰਦੇ ਹੋ ਜਦੋਂ ਅਸੀਂ ਪੱਕਿਆਂ ਦਾ ਕਹਿੰਦੇ ਹਾਂ ਤੁਸੀਂ ਕਹਿ ਦਿੰਦੇ ਹੋ ਸੈਂਟਰ ਦੀ ਸਕੀਮ ਆ ਜੇ ਸੈਂਟਰ ਦੀ ਸਕੀਮ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਸਾਡੇ ਉੱਥੇ ਆਰਡਰਾਂ 'ਚ ਲਿਖਿਆ ਸੀ ਕਿ 3-3 ਹਜ਼ਾਰ ਪਾਪੂਲੇਸ਼ਨ 'ਤੇ ਅਸੀਂ ਕੰਮ ਕਰਾਂਗੇ ਜਦੋਂ ਅਸੀਂ 3-3 ਹਜ਼ਾਰ ਪਾਪੂਲੇਸ਼ਨ ਹੈ ਹੁਣ ਕੁੜੀਆਂ ਸਾਰੀਆਂ ਨੂੰ ਪੁੱਛ ਲਓ 20-30 ਹਜ਼ਾਰ ਮੈਂ ਖੁਦ 12 ਹਜ਼ਾਰ ਪਾਪੂਲੇਸ਼ਨ 'ਤੇ ਕੰਮ ਕਰ ਰਹੀ ਹਾਂ ਕਿਸ ਚੀਜ਼ ਲਈ ਕਰਵਾ ਰਹੇ ਆ ਪੋਸਟਾਂ 'ਤੇ ਸਾਰੀਆਂ ਖਾਲੀ ਪਈਆਂ ਕੇ ਐਨ ਐਮ ਰਿਟਾਇਰ ਹੋ ਗਈਆਂ ਐਲ ਐਚ ਵੀਆਂ ਪ੍ਰਮੋਟ ਹੋ ਗਈਆਂ ਜਿੰਨੀਆਂ ਅਸੀਂ ਕੁੜੀਆਂ 10 ਸਾਲ ਵਾਲੀਆਂ ਹੈਗੀਆਂ ਕਹਿ ਦਿੰਦੇ 10 ਸਾਲ ਵਾਲਿਆਂ ਨੂੰ ਤੁਹਾਨੂੰ ਆਰਡਰ ਮਿਲ ਜਾਂਦੇ ਬਾਕੀਆਂ ਦਾ ਅਸੀਂ ਤਨਖਾਹ ਸਕੇਲ ਵਧਾ ਦਿੰਦੇ ਹਾਂ ਪਰ ਚੱਕਰ ਇਹ ਆ ਵੀ ਜਦੋਂ 10 ਸਾਲ ਵਾਲੀਆਂ ਬੈਠੀਆਂ ਨੇ ਜਿੰਨੀਆਂ ਪੋਸਟਾਂ ਖਾਲੀਆਂ ਓਨੀਆਂ ਹੀ ਕੁੜੀਆਂ 10 ਸਾਲ ਵਾਲੀਆਂ ਇਹਨਾਂ ਨੇ ਨਵੀਆਂ ਜੋ ਕਰਨੀਆਂ ਹੈ ਅਤੇ ਜਿਹੜੀ ਸਾਡੀ ਸੇਵਾ ਹੈ 10-10, 15-15 ਸਾਲ ਦੀ ਉਹ ਇਹਨਾਂ ਖੂਹ ਖਾਤੇ 'ਚ ਪਾਤੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਦੇ ਕੱਥੂ ਨੰਗਲ ਟੋਲ ਪਲਾਜ਼ੇ ਦੀਆਂ ਜਿੱਥੇ ਕਿ ਵੱਡੀ ਤਾਦਾਦ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਅਤੇ ਨਾਲ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਆਪਣੇ ਜਿਹੜੇ ਪਰਿਵਾਰਾਂ ਦੇ ਨਾਲ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਅਤੇ ਉਹਨਾਂ ਦੀ ਮੰਗਾਂ ਨੇ ਵੀ ਜਿਹਨਾਂ 'ਚ ਚੰਡੀ ਸਰਕਾਰ ਜਿਹੜੀ ਕਿ ਕਾਂਗਰਸ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ 'ਚ ਜਿਹੜੇ ਧਰਨਾ ਪ੍ਰਦਰਸ਼ਨ ਉਹ ਕਰਦੇ ਰਹਿਣਗੇ ਹੋਰ ਵੀ ਭੈਣਾਂ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਭਾਅ ਜੀ ਅਸੀਂ ਮੇਰਾ ਨਾਮ ਸੁਰਿੰਦਰ ਕੌਰ ਹੈ ਮੈਂ ਕਪੂਰਥਲਾ ਡਿਸਟ੍ਰਿਕਟ ਤੋਂ ਡਿਸਟ੍ਰਿਕਟ ਤੋਂ ਅਤੇ ਕੱਥੂ ਨੰਗਲ ਟੂਲ ਪਲਾਜ਼ੇ 'ਤੇ ਆਈ ਹਾਂ ਧਰਨਾ ਲਗਾਉਣ ਵਾਸਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ 13-13, 14-14 ਸਾਲ ਤੋਂ ਇੱਕ ਮਤਲਬ ਠੇਕੇ ਦੇ ਉੱਤੇ ਕੰਮ ਕਰ ਰਹੇ ਹਾਂ ਜੋ ਕਿ ਸਾਨੂੰ ਸਰਕਾਰ ਜਿਹੜੀ ਆ ਬਹੁਤ ਹੀ ਨੰਗੂਣੀਆਂ ਤਨਖਾਹਾਂ ਸਾਨੂੰ ਦੇ ਰਹੀ ਹੈ ਜਦਕਿ ਅਸੀਂ ਕਹਿੰਦੇ ਹਾਂ ਕਿ ਜਿਹੜੇ ਸਾਡੇ ਨਾਲ ਬਰਾਬਰ ਕੰਮ ਕਰਦੇ ਉਹਨਾਂ ਦੀ ਤਨਖਾਹ 80-80 ਹਜ਼ਾਰ ਰੁਪਇਆ ਅਤੇ ਸਾਨੂੰ ਸਾਰੇ ਦੇ ਸਾਰਾ 20 ਹਜ਼ਾਰ ਦੇ ਉੱਤੇ ਕੰਮ ਕਰਨਾ ਪੈ ਰਿਹਾ ਅਸੀਂ ਇਹੀ ਕਹਿੰਦੇ ਹਾਂ ਕਿ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਸਾਨੂੰ ਦਿੱਤੀ ਜਾਵੇ ਅਤੇ ਜਿਹੜੀਆਂ ਸਾਡੀਆਂ ਖਾਲੀ ਪੋਸਟਾਂ ਆ ਉਹਨਾਂ 'ਤੇ ਸਾਨੂੰ ਅਪੁਆਇੰਟ ਕੀਤਾ ਜਾਵੇ ਅਤੇ ਭਾਅ ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਕਰੋਨਾ ਕਾਲ ਦੇ ਵਿੱਚ ਮੈਂ ਖੁਦ ਕਰੋਨਾ ਪੋਜ਼ੀਟਿਵ ਹੋ ਗਈ ਸੀ ਅਤੇ ਮੇਰੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਮੈਂ ਜਿਹੜਾ ਵੈਂਟੀਲੇਟਰ 'ਤੇ ਚਲੀ ਗਈ ਸੀ ਅਤੇ ਮੇਰਾ ਖੁਦ ਦਾ ਮੇਰੇ ਹਸਬੈਂਡ ਨੇ ਮੇਰਾ ਇਲਾਜ ਕਰਾਇਆ 4.5 ਲੱਖ ਰੁਪਇਆ ਸਾਡਾ ਲੱਗਾ ਮੈਨੂੰ ਸਰਕਾਰ ਨੇ ਇੱਕ ਪੰਜੀ ਨਹੀਂ ਦਿੱਤੀ ਮੁਆਵਜ਼ੇ ਦੇ ਤੌਰ 'ਤੇ ਅਤੇ ਉਸ ਦੌਰਾਨ ਮੇਰੇ ਬੱਚੇ ਵੀ ਘਰ ਵਿੱਚ ਕਰੋਨਾ ਪੋਜ਼ੀਟਿਵ ਹੋ ਗਏ ਸੀ ਸਾਡਾ ਕਿਸੇ ਨੇ ਕੋਈ ਸਾਰ ਨਹੀਂ ਲਈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਸਵੀਰਾਂ ਵਿਖਾਵਾਂਗੇ ਤਾਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਬੈਠੀਆਂ ਨੇ ਟੋਲ ਪਲਾਜ਼ੇ 'ਤੇ ਕਿਸ ਤਰ੍ਹਾਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀਆਂ ਇੱਥੇ ਵਿਚਾਰੀਆਂ ਬੈਠੀਆਂ ਨੇ ਅਤੇ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ ਵੀ ਕਦੋਂ ਜਿਹੜੀ ਆ ਚੰਨੀ ਸਰਕਾਰ ਜਿਹੜੀ ਇਹਨਾਂ ਦੀਆਂ ਮੰਗਾਂ ਮੰਨੇ ਤਾਂ ਜੋ ਕਿ ਇਹ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਿੱਚ ਬੈਠ ਸਕਣ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਅੰਮ੍ਰਿਤਸਰ ਉੱਥੋਂ ਦੀਆਂ ਟੋਲ ਪਲਾਜ਼ੇ ਦੀਆਂ ਕੱਥੂ ਨੰਗਲ ਦੀਆਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਠੰਡ ਵਿੱਚ ਬੈਠੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉੱਪਰ ਜਿਹੜੀਆਂ ਟੀਨਾਂ ਦੀਆਂ ਛੱਤਾਂ ਨੇ ਠੰਡ ਜਿਹੜੀ ਸਿੱਧੀ ਇੱਥੇ ਆ ਰਹੀ ਆ ਇਹ ਵੀ ਪਰਿਵਾਰ 'ਚੋਂ ਆਪਣੇ ਜਿਹੜੇ ਬੱਚੇ ਤੱਕ ਜਿਹੜੇ ਇੱਥੇ ਲੈ ਕੇ ਆਏ ਨੇ ਬਸ ਇਹੋ ਇਹਨਾਂ ਦੀਆਂ ਮੰਗਾਂ ਵੀ ਸ਼ਾਇਦ ਚੰਨੀ ਸਰਕਾਰ ਅੱਜ ਸੁਣ ਲਏ ਸ਼ਾਇਦ ਕੱਲ੍ਹ ਸੁਣ ਲਏ ਕਿਸੇ ਤਰ੍ਹਾਂ ਇਹਨਾਂ ਜਿਹੜੀਆਂ ਮੰਗਾਂ ਜਿਹੜੀਆਂ ਮੰਨੀ ਜਾਣ ਤਾਂ ਜੋ ਕਿ ਇਹ ਜਲਦੀ ਹੀ ਜਿਹੜੀਆਂ ਪੱਕੀਆਂ ਸਕਣ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਇਹ ਭੈਣ ਦੀਆਂ ਅੱਖਾਂ ਜਿਹੜੀਆਂ ਭਰ ਆਈਆਂ ਨੇ ਰੋਣ ਨੂੰ ਜਿਹੜੀ ਮਜਬੂਰ ਹੋ ਗਈ ਆ ਪਰ ਸਰਕਾਰਾਂ ਨੂੰ ਕਿਉਂ ਨਹੀਂ ਜਿਹੜਾ ਦਰਦ ਦਾ ਬਿਆਨ ਜਿਹੜੀ ਆ ਕਿਉਂ ਨਹੀਂ ਸਰਕਾਰਾਂ ਨੂੰ ਜਿਹੜਾ ਵਾ ਦਰਦ ਜਿਹੜਾ ਲੱਗ ਰਿਹਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਇਹ ਭੈਣ ਰੋ ਰੋ ਕੇ ਜਿਹੜਾ ਆਪਣਾ ਉਹ ਦਰਦ ਬਿਆਨ ਕਰਾਂਗੀ ਭੈਣਾਂ ਕੀ ਕਹਿਣਾ ਚਾਹੇਗੀ ਨਹੀਂ ਰੋ ਰੋ ਕੇ ਆਪਣਾ ਕਿਉਂ ਜਿਹੜਾ ਦਰਦ ਤੁਸੀਂ ਬਿਆਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸਰ ਠੰਡ ਦੇ ਨਾਲ ਸਾਡੇ ਬੱਚੇ ਬਿਮਾਰ ਹੋਏ 1.5 ਮਹੀਨਾ ਹੋ ਗਿਆ ਵੇਖੋ ਸਾਨੂੰ ਧੱਕੇ ਖਾਂਦਿਆਂ ਨੂੰ ਸਰਕਾਰ ਦੇ ਕੰਨਾਂ ਦੇ ਕੋਈ ਜੂਨ ਨਹੀਂ ਸਰਕਦੀ ਹੈਗੀ ਜਦੋਂ ਮੀਟਿੰਗ ਕਰਦੇ ਉਦੋਂ ਸਾਡਾ ਕੋਈ ਵੀ ਮਸਲਾ ਨਹੀਂ ਕਰਦੇ ਹੈਗੇ ਬਸ ਲਾਰੇ ਦੇ ਲਾਰੇ ਲਾਈ ਜਾਂਦੇ ਅਤੇ ਕੌਣ ਕੌਣ ਆਇਆ ਪਰਿਵਾਰ ਤੁਹਾਡੇ 'ਤੇ ਮੇਰਾ ਇੱਕ ਇਹ ਬੇਟਾ ਕਿੱਧਰ ਬੇਟਾ ਖੜਾ ਘਰ ਕੋਈ ਨਹੀਂ ਨਾ ਸੰਭਾਲਣ ਵਾਲਾ ਹੈਗਾ ਸਾਰਾ ਮੇਰੇ ਬਜ਼ੁਰਗ ਨੇ ਇੰਨਾ ਜ਼ਿਆਦਾ ਕੀ ਕਹਿਣ ਦੀ ਗੱਲ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਡਿਸਟ੍ਰਿਕਟ ਜਲੰਧਰ ਕਰਤਾਰਪੁਰ ਤੋਂ ਆਏ ਅਤੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬੈਠਿਆਂ ਨੂੰ ਅਤੇ ਕਿੰਨੀ ਕੁ ਮਨ 'ਚ ਆਸ ਆ ਵੀ ਸ਼ਾਇਦ ਸਰਕਾਰ ਹੁਣ ਪੱਕਿਆਂ ਕਰਦੇ ਕਿੰਨੀ ਕੁ ਮਨ 'ਚ ਉਮੀਦਾਂ ਨੇ ਚੀਜ਼ ਨੂੰ ਰੋਜ਼ ਆਸ ਕਰਦੇ ਹਾਂ ਬਸ ਸਾਡੀਆਂ ਆਸਾਂ 'ਤੇ ਪਾਣੀ ਫੇਰ ਦਿੰਦੇ ਫਿਰ ਕੁਝ ਨਹੀਂ ਕਹਿ ਸਕਦੇ ਨਾ ਸਰਕਾਰਾਂ ਨੂੰ ਅਸੀਂ ਦੇਖ ਰਹੇ ਹਾਂ ਭੈਣਾਂ ਇੱਥੇ ਪਾਠ ਵੀ ਕਰ ਰਹੀਆਂ ਨੇ ਇਸ ਵਕਤ ਹਾਂਜੀ ਅਰਦਾਸ ਬੇਨਤੀ ਰਾਤ ਦਿਨ ਹੁੰਦੀ ਬਹੁਤ ਜ਼ਿਆਦਾ ਹੁੰਦੀ ਹੈ ਬਸ ਰੋਜ਼ ਹੀ ਇੱਕ ਨਵੀਂ ਕਿਰਨ ਹੁੰਦੀ ਹੈ ਕਿ ਸਵੇਰੇ ਦਿਨ ਚੜ੍ਹਨਾ ਸਵੇਰੇ ਮੀਟਿੰਗ ਹੋਣੀ ਹੈ ਪਤਾ ਨਹੀਂ ਫਿਰ ਅੱਜ ਤਾਂ ਦਿਲ ਟੁੱਟ ਗਿਆ ਬਹੁਤ ਜ਼ਿਆਦਾ ਬਹੁਤ ਦਿਲ ਟੁੱਟਿਆ ਹੈ ਹੁਣ ਬੱਚਿਆਂ ਦੀ ਹਰ ਇੱਕ ਚੀਜ਼ ਤੁਹਾਨੂੰ ਪਤਾ ਜ਼ਰੂਰੀ ਇਹਨਾਂ ਨੇ ਛੋਟੇ ਛੋਟੇ ਬੱਚੇ ਬਾਹਰ ਸੜਕਾਂ 'ਤੇ ਰਹਿਣੇ ਕਿਤੇ ਸੌਖੀ ਜਿਹੀ ਗੱਲ ਨਹੀਂ ਬਹੁਤ ਔਖਾ ਵਾ ਰਹਿਣਾ
ਤੇ ਪਹਿਲਾਂ ਅਸੀਂ ਦੇਖਿਆ ਵੀ ਇੰਨੀ ਠੰਡ ਆ, ਠੰਡ ਹੋਣ ਦੇ ਬਾਵਜੂਦ ਜਿਹੜੀ ਆ ਬਿਲਕੁਲ ਜਿਹੜੇ ਟੋਪ ਪਲਾਜ਼ੇ ਚਾਰ ਸਵੇਰ ਹਵਾ ਆ ਰਹੀ ਆ, ਇੰਨੀਆਂ ਰਜਾਈਆਂ ਨਹੀਂ ਆ, ਪਰ ਫਿਰ ਵੀ ਜਿਹੜੀ ਆ ਉੱਪਰ 'ਚ ਠੰਡ ਲੱਗਦੀ ਆ, ਬਿਮਾਰ ਹੋਣ ਦੀ ਤਦਾਦ ਆ, ਬੱਚੇ ਬਿਮਾਰ ਹੋ ਸਕਦੇ ਨੇ। ਸਰ ਰਜਾਈਆਂ ਲਈਆਂ ਫਿਰ ਵੀ ਤੋਂ ਪਾਣੀ ਕਿਰਦਾ ਏ, ਕਬੂਤਰ ਇੰਨੀਆਂ ਪਿੱਠਾਂ ਮਾਰਦੇ ਆ, ਸਾਡੀਆਂ ਰਜਾਈਆਂ ਵੇਖੋ ਇੰਨੀ ਗੰਦਗੀ, ਅਸੀਂ ਕਦੇ ਵੀ ਨਹੀਂ, ਰੱਬ ਨੇ ਸਾਨੂੰ ਇਹ ਵੀ ਦਿਨ ਦਿਖਾਉਣੇ ਸੀ, ਇਹਨਾਂ ਸਰਕਾਰਾਂ ਨੇ ਦਿਖਾਏ ਆ ਸਾਨੂੰ ਦਿਨ। ਵੇਖੋ ਜਦੋਂ ਕਰੋਨਾ ਸੀ ਉਦੋਂ ਅਸੀਂ ਕਰੋਨਾ ਯੋਧੇ ਸੀ, ਮੇਰੇ ਛੋਟੇ ਛੋਟੇ ਬੱਚੇ, ਮੈਂ ਕਰੋਨਾ ਵਾਲੇ ਪੇਸ਼ੈਂਟ ਨੂੰ ਆਪ ਨਾਲ ਮੇਰੇ ਬੱਚੇ ਜਾਂਦੇ ਰਹੇ, ਕਿਉਂ ਘਰ ਮੈਂ ਉਦੋਂ ਵੀ ਨਹੀਂ ਛੱਡ ਸਕਦੀ, ਕਿਉਂ ਇਹ ਜਿਹੜੇ SMO ਹੁੰਦੇ ਸੀ ਵੱਡੇ ਅਫਸਰ, ਇਹ ਚਾਰ ਚਾਰ ਮਾਸਕ ਲਾਉਂਦੇ ਹੁੰਦੇ, ਸਾਡੇ ਤੋਂ ਪਿੱਛੇ ਹੋ ਕੇ ਗੱਲ ਕਰੋ, ਅਤੇ ਅਸੀਂ ਆਪਣੇ ਬੱਚੇ ਲੈ ਕੇ ਕਰੋਨਾ ਵਾਲੇ ਪੇਸ਼ੈਂਟ ਦਾ ਚੈੱਕਅਪ ਕਰਦੇ, ਜੇ ਇਹ ਨਹੀਂ ਜਾਂਦੀਆਂ ਉਸੇ ਵੇਲੇ ਉਹ 104 ਨੰਬਰ 'ਤੇ ਕਾਲ ਕਰਦੇ ਸੀ, ਹੁਣ 104 ਵਾਲੇ ਵੀ ਨਹੀਂ, ਸਾਨੂੰ ਕੋਈ ਨਹੀਂ ਦੇਖਦਾ ਵੀ ਉਹ ਕਰੋਨਾ ਜੋ ਦੀ ਜਿਹੜੇ ਸੜਕਾਂ 'ਤੇ ਪੇਟੀਆਂ ਹੈਗੀਆਂ ਧੀਆਂ ਭੈਣਾਂ ਇਕੱਲੇ। ਨਵਾਂ ਸਾਲ ਆ ਰਿਹਾ ਵਾ, ਲੋਕ ਨਵਾਂ ਸਾਲ ਮਨਾਉਣ ਦੀ ਖੁਸ਼ੀਆਂ ਕਰ ਰਹੇ ਨੇ, ਤੁਹਾਡਾ ਨਵਾਂ ਸਾਲ ਕਿਸ ਤਰ੍ਹਾਂ ਦਾ ਕੱਢੂਗਾ? ਸਰ ਅਸੀਂ ਤਾਂ ਕਹਿੰਦੇ ਵਾਹਿਗੁਰੂ ਸਾਡੇ ਬਹੁਤ ਨਵਾਂ ਸਾਲ ਵਧੀਆ ਚੜ੍ਹਾਵੇ, ਪਰ ਸਰਕਾਰਾਂ ਕੁਛ ਕਰਨਗੀਆਂ ਤਾਂ ਫਿਰ ਹੀ ਚੜ੍ਹੇਗਾ ਨਾ ਨਵਾਂ ਸਾਲ। ਰੋਜ਼ ਹੀ ਨਵੀਂ ਆਸ ਹੁੰਦੀ ਆ ਕਿ ਅੱਜ ਮੀਟਿੰਗ ਹੋਈ ਆ, ਸਾਡਾ ਨਾਮ ਆਉਂਦਾ, ਕੁਛ ਨਹੀਂ ਸਾਡਾ ਵਿੱਚ ਆਉਂਦਾ ਹੀ ਕੁਛ ਨਹੀਂ। ਸਰ ਉਹਦੇ ਵਿੱਚ ਕੋਈ ਵੀ ਨਹੀਂ ਮੁਲਾਜ਼ਮ, ਸਾਨੂੰ ਤਾਂ ਕੋਈ ਦਿਸਦਾ ਨਹੀਂ, ਬਸ ਝੂਠੇ ਲਾਰੇ ਵਾਅਦੇ ਆ ਬਸ। ਹੁਣ ਸਾਡਾ ਇੰਨਾ ਦਿਲ ਦੁਖੀ ਤੋਂ ਹੋਇਆ ਕਿ ਸਾਰੀ ਮਤਲਬ ਸਟੇਟ ਕਮੇਟੀ ਸਾਰੀ ਫੈਸਲਾ ਲੈ ਰਹੀ ਹੈ ਕਿ ਚੱਕਾ ਜਾਮ ਕਰਨਾ, ਅਸੀਂ ਸੜਕਾਂ 'ਤੇ ਲੰਮੀਆਂ ਪੈਣਾ, ਸਾਨੂੰ ਮਾਰ ਦੇਣ, ਸਾਨੂੰ ਗੋਲੀਆਂ ਮਾਰ ਦੇਣ, ਬਸ ਅਸੀਂ ਘਰ ਨਹੀਂ ਜਾਣਾ, ਆਰਡਰ ਲਏ ਤੋਂ ਬਗੈਰ ਬਿਲਕੁਲ ਨਹੀਂ ਘਰ ਜਾਵਾਂਗੀਆਂ। ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਸਰਕਾਰ ਕੋ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਇਹਨਾਂ ਨੇ ਸਕੀਮ ਬਣਾਈ 10 ਸਾਲ ਵਾਲੇ ਆ, ਅਤੇ ਇਸੇ ਸਕੀਮ ਦੇ ਨਾਲ ਸਾਨੂੰ ਰੈਗੂਲਰ ਕੀਤਾ ਜਾਵੇ, ਸਾਨੂੰ ਆਰਡਰ ਦੇ ਕੇ ਘਰਾਂ ਤੋਰਿਆ ਜਾਵੇ, ਕਿਉਂਕਿ ਅਸੀਂ ਸਾਡੇ ਘਰ ਉੱਥੋਂ ਪਿੰਡਾਂ 'ਚੋਂ ਫੋਨ ਆਉਂਦੇ ਪਏ, ਮੈਡਮ ਸੈਕਿੰਡ ਡੋਜ਼ ਲੱਗਣੀ ਹੈ, ਛੋਟੇ ਬੱਚਿਆਂ ਦੇ ਇੰਜੈਕਸ਼ਨ ਲੱਗਣੇ ਆ, ਅਸੀਂ ਬਿਲਕੁਲ ਉਤਾਵਲੀਆਂ ਹੋਈਆਂ ਵੀ ਜਾ ਕੇ ਅਸੀਂ ਲੋਕਾਂ ਦੀ ਸੇਵਾ ਕਰੀਏ, ਪਰ ਇਹ ਸਾਨੂੰ ਆਰਡਰ ਦੇਣਗੇ ਫਿਰ ਅਸੀਂ ਜਾਵਾਂਗੇ, ਕਹਿੰਦੇ ਨਹੀਂ ਸਰ ਜਾਵਾਂ। ਥੈਂਕ ਯੂ ਸਰ। ਭੈਣਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭੈਣਾਂ ਕੀ ਜਾਣਾ ਚਾਹੇਗੀ, ਇੰਨੀ ਠੰਡ ਹੋਣ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਵੀ ਟੈਂਪਰੇਚਰ ਇੰਨਾ ਹੋ ਗਿਆ ਵਾ, ਅਤੇ ਨਵਾਂ ਸਾਲ ਵੀ ਚੜ੍ਹਨ ਵਾਲਾ ਵਾ, 2 ਦਿਨ ਰਹਿ ਗਏ ਨੇ, ਕਿਉਂ ਤੁਹਾਡੀਆਂ ਮੰਗਾਂ ਜਿਹੜੀਆਂ ਚੰਨੀ ਸਰਕਾਰ ਹੀ ਮੰਗ ਨਹੀਂ ਰਹੀ, ਅਤੇ ਕਿੰਨਾ ਚਿਰ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਹੂਗਾ? ਭਾਅ ਜੀ ਦੇਖੋ, ਕਿਹੜਾ ਜੀ ਕਰਦਾ ਘਰ ਤੋਂ ਬਾਹਰ ਨਿਕਲਣ ਨੂੰ, ਹੈ ਨਾ, ਜਿੰਨਾ ਇੱਕ ਔਰਤ ਦੀਆਂ ਕਿੰਨੀਆਂ ਮਜਬੂਰੀਆਂ ਹੁੰਦੀਆਂ, ਘਰ ਦੇ ਵਿੱਚ ਕਿੰਨੇ ਕੰਮ ਹੁੰਦੇ ਆ, ਸਾਨੂੰ ਸਰਕਾਰਾਂ ਨੇ 14-15 ਸਾਲ ਹੋ ਗਏ ਸਾਨੂੰ ਕੰਟਰੈਕਟ ਦੇ ਉੱਤੇ ਕੰਮ ਕਰਦਿਆਂ ਨੂੰ, ਸਾਡੀ ਇੱਕ ਵੀ ਅੱਜ ਤੱਕ ਸਰਕਾਰ ਨੇ ਮੰਗ ਨਹੀਂ ਮੰਨੀ, ਇੰਨੇ ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ, ਸਾਡਾ ਵੀ ਜੀ ਕਰਦਾ ਕਿ ਅਸੀਂ ਆਪਣੇ ਘਰਾਂ 'ਚ ਜਿੱਦਾਂ ਉਹ ਲੋਕ ਰਜਾਈਆਂ 'ਚ ਬਹਿ ਕੇ ਆਪਣਾ ਘਰ ਪਰਿਵਾਰ 'ਚ ਰਹਿ ਰਹੇ, ਅਸੀਂ ਵੀ ਬੈਠੀਏ, ਸਾਡੇ ਵੀ ਬੱਚੇ ਛੱਡ ਕੇ ਅਸੀਂ ਵੀ ਆਏ ਹਾਂ, ਇੰਨੀ ਮਜਬੂਰੀ ਦੇ ਵਿੱਚ, ਠੰਡ ਦੇ ਵਿੱਚ ਅਸੀਂ ਬੈਠੇ ਹਾਂ, ਅਸੀਂ ਸਾਡੀ ਇਹ ਸਰਕਾਰ ਤੋਂ ਇਹੀ ਮੰਗ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਾਡਾ ਨੋਟੀਫਿਕੇਸ਼ਨ ਕਰਨ, ਸਾਨੂੰ ਰੈਗੂਲਰ ਕਰਨ, ਤਾਂ ਕਿ ਅਸੀਂ ਆਪਣੀਆਂ ਵਾਪਸ ਪੋਸਟਾਂ 'ਤੇ ਜਾ ਸਕੀਏ, ਤਾਂ ਲੋਕਾਂ ਦੀ ਅਸੀਂ ਤਨ ਮਨ ਤਾਂ ਸੇਵਾ ਕਰਦੇ ਹਾਂ, ਕਰੋਨਾ ਦੇ ਵਿੱਚ ਅਸੀਂ ਇੰਨਾ ਕੰਮ ਕੀਤਾ, ਇੰਨੀ ਵੈਕਸੀਨੇਸ਼ਨ ਕੀਤੀ ਆ, ਸਾਨੂੰ ਸਰਕਾਰ ਆਹ ਫਲ ਦੇ ਰਹੀ ਹੈ ਕਿ ਅਸੀਂ ਸੜਕਾਂ 'ਤੇ ਆ ਕੇ ਰੋਲ ਰਹੇ ਹਾਂ, ਨਾ ਤਾਂ ਅਸੀਂ ਪਰਿਵਾਰ ਦੇ ਲਈ ਆ, ਪਰਿਵਾਰ ਦੇ ਵਿੱਚ ਜਾਈਏ ਤਾਂ ਸਾਨੂੰ ਉੱਥੋਂ ਵੀ ਸਾਨੂੰ ਝਿੜਕਾਂ ਹੀ ਹੈ ਕਿਸਮ ਦੀਆਂ, ਅਗਲੇ ਕਹਿੰਦੇ ਤੁਸੀਂ ਕੀ ਕਰਕੇ ਆ, ਤੁਹਾਨੂੰ ਕੀ ਸਰਕਾਰ ਤੁਹਾਡੀ ਸੁਣਦੀ ਆ, ਤੁਸੀਂ ਇੱਕ 10-10 ਹਜ਼ਾਰ ਦੀ ਨੌਕਰੀ ਦੇ ਉੱਤੇ ਸਾਰਾ ਦਿਨ ਇੰਨਾ ਕੰਮ ਕਰਦੀਆਂ, ਜੇ ਇੰਨੀਆਂ ਟੈਨਸ਼ਨਾਂ ਸਾਨੂੰ ਦਿੱਤੀਆਂ ਹੋਈਆਂ ਇਹਨਾਂ ਨੇ, ਇੰਨਾ ਕੰਮ ਲੈਂਦੇ ਆ ਸਾਡੇ ਤੋਂ, ਪਰ ਸਾਡੀ ਦੇਖੋ ਜੀ ਸੈਲਰੀ ਦੇ ਇੱਕ ਨਿਗੂਣੀਆਂ ਤਨਖਾਹ, ਇੱਕ ਮਜ਼ਦੂਰ ਦੀ ਵੀ ਜਿਹੜੀ ਦਿਹਾੜੀ ਆ ਇਸ ਵੇਲੇ 700-800 ਰੁਪਈਆ ਤਨਖਾਹ ਹੈਗੀ ਆ, ਅਤੇ ਸਾਨੂੰ ਕੀ ਦੇ ਰਹੀ ਹੈ ਸਰਕਾਰ? ਗੱਲ ਕਰੀਏ ਭੈਣ ਜੀ, ਨਵਾਂ ਸਾਲ ਵੀ ਜਿਹੜਾ ਵਾ 2022 ਚੜ੍ਹਨ ਵਾਲਾ ਵਾ, 2 ਦਿਨ ਰਹਿ ਗਏ ਨੇ, ਜਿੱਥੇ ਲੋਕ ਨਵਾਂ ਸਾਲ ਦੇ ਵਿਆਹ 'ਚ ਪਾਰਟੀ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਤੁਹਾਡਾ ਨਵਾਂ ਸਾਲ ਕਿਸ ਤਰ੍ਹਾਂ ਦਾ ਹੋਊਗਾ? ਸਿਆਪਾ ਹੀ ਕਰਾਂਗੇ ਜੀ, ਇੱਥੇ ਪੁਤਲੇ ਫੂਕਾਂਗੇ ਉਹਨਾਂ ਦੇ, ਰੱਜ ਕੇ ਉਹਨਾਂ ਦਾ ਸਿਆਪਾ ਕਰਾਂਗੇ, ਜਿੱਥੋਂ ਤੱਕ ਸਰਕਾਰ ਸਾਡੇ ਕੋਲ ਜਿੰਨਾ ਜ਼ੋਰ ਲੱਗੇਗਾ ਅਸੀਂ ਪੂਰੀ ਵਾਹ ਲਾਵਾਂਗੇ ਜੀ। ਉਹ ਚੰਨੀ ਸਰਕਾਰ ਤੇ ਆਏ ਦਿਨ ਜਿਹੜੇ ਐਲਾਨ ਤੇ ਐਲਾਨ ਕਰ ਰਹੀ ਹੈ, ਲੋਕਾਂ ਨੂੰ ਤੋਹਫੇ ਦੇ ਰਹੀ ਆ, ਫਿਰ ਤੁਹਾਡੀ ਮੰਗ ਕਿਉਂ ਨਹੀਂ ਚੰਨੀ ਸਰਕਾਰ ਤੱਕ ਪਹੁੰਚ ਰਹੀ, ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ? ਦੇਖੋ ਜੀ, ਇਹ ਪਤਾ ਨਹੀਂ ਜੀ ਕੀ ਕਿਹੜੇ ਵਿਚੋਲੇ ਉਹਨਾਂ ਦੇ ਵਿੱਚ ਇੱਦਾਂ ਦੇ ਤੁਰੇ ਫਿਰਦੇ ਵੀ ਜਿਹੜੀ ਸਾਡੀ ਗੱਲਾਂ ਨਹੀਂ ਉਹਨਾਂ ਤੱਕ ਪਹੁੰਚਦੀਆਂ, ਪਹੁੰਚਦਾ ਭਾਅ ਜੀ ਸਾਰਾ ਕੁਛ ਹੀ ਆ, ਸਰਕਾਰ ਵੈਸੇ ਇੰਨੀ ਬੋਲੀ ਹੋਈ ਪਈ ਆ, ਆਪਣੀਆਂ ਵੋਟਾਂ ਦੇ ਚੱਕਰ 'ਚ ਹੀ ਪਈ ਆ, ਆਪਣੀ ਵਾਹ ਵਾਹ ਖੱਟਣ ਦੇ ਵਿੱਚ ਚੱਕਰ 'ਚ ਪਈ ਆ, ਥਾਂ ਥਾਂ ਵੋਟ ਲਵਾਈ ਜਾਂਦੀ ਆ, ਆਪਣੇ ਵਾਧੂ ਤੋਂ ਵਾਧੂ ਆਪਣੇ 'ਤੇ ਖਰਚਾ ਕਰ ਰਹੀ ਆ, ਅਤੇ ਬਾਕੀ ਮੁਲਾਜ਼ਮਾਂ ਨੂੰ ਦੇਣ ਲਈ ਕੁਛ ਨਹੀਂ ਆ, ਆਮ ਜਨਤਾ ਦੇ ਲਈ ਇੰਨੀ ਮਹਿੰਗਾਈ ਦਾ ਟਾਈਮ ਹੋਇਆ ਪਿਆ, ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਸਾਡੇ ਵਾਸਤੇ, ਕੁਛ ਨਹੀਂ ਕਰ ਰਹੇ ਜੀ। ਪਰ ਕੀ ਕਹਿਣਾ ਚਾਹੋਗੇ, ਇੰਨੀ ਠੰਡ ਵਿੱਚ ਜੇਕਰ ਤੁਸੀਂ ਇੱਥੇ ਬਿਮਾਰ ਹੋ ਜੇ, ਕਿਸੇ ਦਾ ਨੁਕਸਾਨ ਹੋ ਜੇ, ਤੇ ਕੌਣ ਜ਼ਿੰਮੇਵਾਰ ਆ? ਮੈਂ ਤਾਂ ਹੀ ਰਜਾਈ 'ਚ ਬੈਠੀ ਹਾਂ, ਨਹੀਂ ਤਾਂ ਮੇਰਾ ਵੀ ਜੀ ਕਹਦਾ ਮੈਂ ਉੱਥੇ ਗੱਭੇ ਖੜੇ ਹੋ ਕੇ ਨਾਰੇ ਲਾਵਾਂ, ਮੇਰੀ ਤਾਂ ਆਪਣੀ ਸਿਹਤ ਖਰਾਬ ਆ, ਮੈਂ ਤਾਂ ਸਵੇਰ ਦੀ ਆਈ ਹੋਈ ਹਾਂ, ਮੈਂ 3-4 ਦਿਨ ਮੈਂ ਇੱਥੇ ਹੀ ਹਾਂ, ਹੁਣ ਮੈਂ ਜਾਣਾ ਨਹੀਂ ਆ ਇੱਥੇ, ਮੈਂ ਸੋਚਿਆ ਕਿ ਮੈਂ ਆਪਣੇ ਔਡਰ ਲੈ ਕੇ ਹੀ ਜਾਣਾ ਹੈ, ਠੀਕ ਹੈ ਜੀ, ਉਹਨਾਂ ਦਾ ਸਿਆਪਾ ਹੀ ਕਰਨਾ, ਅਸੀਂ ਕੀ ਕਰ ਸਕਦੇ ਹੁਣ, ਵੈਸੇ ਤਾਂ ਮੈਂ ਆਪਣੀ ਆਵਾਜ਼ ਹੀ ਉਠਾਉਣੀ ਉਹਨਾਂ ਤੱਕ। ਪਰ ਭੈਣ ਜੀ ਕੀ ਕਹਿਣਾ, ਵੋਟਾਂ ਜਿਹੜੀਆਂ ਨੇੜੇ ਆ ਰਹੀਆਂ ਨੇ, ਪਰਿਵਾਰ ਨੂੰ ਕਿਸ ਤਰ੍ਹਾਂ ਜਿਹੜਾ ਸਹਿਯੋਗ ਦਿੱਤੇ
स्कूल जाने तो घर की पढ़ाइया उन्होंने खराब हो गई, पेपर दिन नेड़े आए हैं, बुजुर्ग मातावान बीमार पे आ घर, असं उन्होंने सामभ संभाल नहीं कर सकते अपने ड्यूटिया के उत्ते, जी लोगों की सेवा करनी है साढ़े उड़े इमुनाइजेशन असं करते हैं, हम बच्चे साढ़े खराब हो रहे हैं, सारा एक सिस्टम बिगड़िया पाया, सारा सारा मुलाजम भी मैं तो कहती पंजाब तो सड़क उत्ते आ पर सरकार कुछ नहीं सुन रही, जो 36,000 कहते मुलाजम पक्का किता सानू नहीं पता कि जी अभी भी कहते ऐलान किए साढ़े लिए तो कोई ऐलान नहीं किया अभी भी चन्नी साहब कहते हैं भी आम लोगों की सरकार आ गरीब लोगों की सरकार आ हर किसी की गल सुनी जाऊगी चनी सर सन्नी साहब रात के 2:30 तक लोगों जो मिलते हैं भी तुहानू क्यों नहीं मिले तुहानू क्यों नहीं जो हूँ तक मसला होया जी भाई साढ़ा तो हेल्थ मिनिस्टर भी अपने अमृतसर जिले का ही है जी देखो अज तो अमृतसर कि 20 किलोमीटर है क्यों नहीं साढ़े को आ सकते क्यों नहीं साड़ी पुकार सुनते रोज़ मीटिंग करने लिए बुला लेंगे कुछ भी नहीं करते अभी भी आप कैबिनेट की मीटिंग कहते ऐलान करने हैं कोई ऐलान नहीं साढ़े बारे तो कोई ऐलान नहीं होया बाकियों का होया सूँ पता नहीं है जो साडा नहीं होया तो असं किसी से की कर सकते हैं ना जिन्हें सानू साढ़े हाथ च नहीं कुछ है उन्ना चेर साढ़े लिए तो चाहे हो ना हो एक बराबर ही है। ठीक है धन्यवाद जी। तुम देखिए अपनी मल्टी हैल्थ वर्कर जिहड़ियां ने टोल प्लाजा जिहड़ा कि अमृतसर कत्थू नंगल के उत्ते वड्डी तादाद में साडियां भैणां बैठियां ने तुहानू तस्वीरां विखाईआं इत्थों दीआं कि इन्नी ठंड होने के बावजूद भी जिहड़ियां अरजाइयां लै के किस्तां जिहड़ियां क्यों ठंड जिन्नी मर्जी जिस जाई लईए जिहड़ी हवा वा ठंड जिहड़ी आ चार्च भी रहिंदी आ अते अपने परिवारां दे बच्चिआं दे नाल इत्थे जिहड़ियां बैठण नूं मजबूर हो गई आ अते कह रहे भी जिन्ना चिर चन्नी सरकार इन्हां नूं पक्या नहीं करती उन्हां तक जिहड़ा वा इत्थे धरने प्रदर्शन ने चलते रहेंगे चाहे नवा साल भी सानूं इत्थे जिहड़ा वा बैठ के मनाउणा पवे पर सरकार नूं इहनां मंग है साडी भी वध तों वध इस जिहड़ियां मंगां वा इन्हां नूं जल्द तों मंगया जाए तां जो कि इह जिहड़े अपने घरां विच जा के नवा साल मना सकण। मैनूं दिओ इजाजत मैं हरजीत गरेवाल पंजाबी लो चैनल अमृतसर।